ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਖੇ ਗੱਡੀ ਦੀ ਐਂਟਰੀ ਮੌਕੇ ਲਗਾਈ ਜਾ ਰਹੀ ਟੋਲ ਪਰਚੀ ਦਾ ਵਿਰੋਧ ਕਰਦੇ ਹੋਏ ਲੁਧਿਆਣਾ ਫੁੱਲ ਲੋਡ ਗੁੱਡਸ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਸੁਖਮਿੰਦਰ ਸਿੰਘ ਚੱਜ ਅਤੇ ਪ੍ਰਧਾਨ ਮਨੋਜ ਕੁਮਾਰ ਟਿੰਕੂ ਨੇ ਕਿਹਾ ਕਿ ਬਿਨਾਂ ਕਿਸੇ ਸਬੰਧਤ ਮਹਿਕਮੇ ਦੀ ਇਜਾਜ਼ਤ ਤੋਂ ਬਗੈਰ ਲਗਾਈ ਗਈ ਐਂਟਰੀ ਪਰਚੀ ਸਰਾਸਰ ਗਲਤ ਹੈ। ਉਹ ਉਸ ਦਾ ਡਟਮਾ ਵਿਰੋਧ ਕਰਦੇ ਨੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ ਦੀ ਸਾਂਭ ਸੰਭਾਲ ਜਾਂ ਟਰਾਂਸਪੋਰਟਰਾਂ ਨੂੰ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਲਗਾਈ ਜਾਂਦੀ ਵੈਲਫੇਅਰ ਪਰਚੀ ਦਾ ਉਹ ਸਮਰਥਨ ਕਰਦੇ, ਪਰ ਇਸ ਨਜਾਇਜ਼ ਪਰਚੀ ਦਾ ਉਹ ਉਸ ਵਕਤ ਤੱਕ ਵਿਰੋਧ ਕਰਨਗੇ ਜਦ ਤੱਕ ਇਸ ਨੂੰ ਬੰਦ ਨਹੀਂ ਕਰ ਦਿੱਤਾ ਜਾਂਦਾ, ਬੇਸ਼ੱਕ ਉਹਨਾਂ ਨੂੰ ਇਸ ਲਈ ਕੋਈ ਹੋਰ ਸੰਘਰਸ਼ ਵੀ ਕਿਉਂ ਨਾ ਵਿੱਢਣਾ ਪਵੇ। ਇਸ ਮੌਕੇ ਸੰਜੀਵ ਦੇਮ, ਪੰਜਾਬ ਪ੍ਰਧਾਨ ਸਿਵ ਸੈਨਾ ਨੇ ਕਿਹਾ ਕਿ ਉਹ ਕਿਸੇ ਵੀ ਟਰਾਂਸਪੋਰਟਰ ਨਾਲ ਧੱਕਾ ਨਹੀਂ ਹੋਣ ਦੇਣਗੇ। ਸੁਖਵਿੰਦਰ ਸਿੰਘ ਝੱਜ, ਲੁਧਿਆਣਾ ਫੁੱਲ ਲੋਡ ਟਰਾਂਸਪੋਰਟਰ ਐਸੋਸੀਏਸ਼ਨ ਦਾ ਮੈਂ ਚੇਅਰਮੈਨ ਹਾਂ। ਸਵਾਲ ਇਸ ਗੱਲ ਦਾ, 1980 ਦੇ ਵਿੱਚ ਇਹ ਟਰਾਂਸਪੋਰਟ ਨਗਰ ਬਣਿਆ ਸੀਗਾ, ਜਿਹੜਾ ਇੰਪਰੂਵਮੈਂਟ ਟਰੱਸਟ ਨੇ ਕੱਟਿਆ। ਇਹ ਕਿਸੇ ਨਿੱਜੀ ਪ੍ਰੋਪਰਟੀ ਨਹੀਂ, ਜਿਹਨੇ ਆਪਣੀ ਇਹਦੇ ਜ਼ਮੀਨ ਜਾਇਦਾਦ ਖਰੀਦੀ ਆ, ਜਾਂ ਕਿਸੇ ਕੋਈ ਕਿਰਾਏ ਦੁਕਾਨ ਵਾਲਾ, ਜੇ ਕਿਰਾਏ 'ਤੇ ਵੀ ਦੁਕਾਨ ਕਰਦਾ ਨਾ, ਉਹ ਆਪਣਾ ਹਾਊਸ ਟੈਕਸ ਦੇ ਰਿਹਾ, ਪਾਣੀ ਦਾ ਬਿੱਲ ਦੇ ਰਿਹਾ, ਸੀਵਰੇਜ ਦਾ ਬਿੱਲ ਦੇ ਰਿਹਾ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਜਿਹੜੀ ਇਹ ਟੂਲ ਐਂਟਰੀ ਹੈ ਕਾਹਦੇ ਲਈ ਲਾਈ ਆ। ਨਾ ਕੋਈ ਸਰਕਾਰ ਦੀ ਪਰਮਿਸ਼ਨ ਆ, ਨਾ ਕੋਈ ਉਹਦਾ ਟੈਂਡਰ ਹੋਇਆ। ਹਾਂ, ਕੋਈ ਕਾਰਪੋਰੇਸ਼ਨ ਲੈ ਸਕਦੀ ਆ, ਸਰਕਾਰ ਲੈ ਸਕਦੀ ਆ, ਜਿਹਦਾ ਕੋਈ ਜੇ ਕੋਈ ਇਹਦੀ ਟੈਂਡਰ ਬੋਲੀ ਹੋਈ ਹੋਵੇ। ਸਾਡੇ ਇਸ ਇੱਥੋਂ ਦੇ ਉੱਠ ਕੇ 5-7 ਬੰਦਿਆਂ ਨੇ ਜੇ ਇੱਥੇ ਸਾਨੂੰ ਟਰਾਂਸਪੋਰਟ ਨਗਰ ਦੇ ਵਿੱਚ ਵੜਨ 'ਤੇ ਐਂਟਰੀ ਲਾ ਦਿੱਤੀ, ਅਸੀਂ ਜਾਵਾਂਗੇ ਕਿੱਥੇ? 30 ਰੁਪਏ। ਔਰ ਜਿਹਦਾ ਕੋਈ ਹਿਸਾਬ ਨਹੀਂ ਕਿਤਾਬ ਨਹੀਂ, ਨਾ ਉਹਦਾ ਕੋਈ ਸਮਾਂ ਪਾਇਆ ਜਾਂਦਾ, ਨਾਲ ਇਹਨਾਂ ਲੋਕਾਂ ਨੂੰ ਪਤਾ ਕਿਹਦੀ ਗੱਡੀ ਆ, ਕੌਣ ਚਲਾਉਣ ਵਾਲਾ, ਕੀ ਰਾਖੀ ਕਰ ਸਕਦੇ ਆ। ਅੱਛਾ, ਗੱਡੀ ਵੜਨ ਵੇਲੇ ਪੈਸੇ ਲੈ ਜਾਂਦੇ ਆ ਔਰ ਨਿਕਲਣ ਵੇਲੇ ਉਹਨੂੰ ਦੇਖਿਆ ਵੀ ਨਹੀਂ ਜਾਂਦਾ, ਇਹ ਕੋਈ ਸਿਕਿਉਰਿਟੀ ਨਹੀਂ ਹੈ। ਠੀਕ ਆ, ਮੈਂ ਕਹਿੰਦਾ ਜਿਹੜੀਆਂ ਵੈਲਫੇਅਰ ਹੁੰਦੀਆਂ ਐਸੋਸੀਏਸ਼ਨਾਂ, ਉਹ ਸੁਧਾਰ ਕਰਦੀਆਂ ਹੁੰਦੀਆਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਗੱਡੀ ਇੱਥੋਂ ਦੀ ਰਹਿਣ ਵਾਲੀ ਆ, ਜਿਹੜਾ ਬੰਦਾ ਉਰੇ ਦੇ ਬਸਣ ਵਾਲਾ ਉਹ ਆਪਦੇ ਘਰ 'ਚ ਬਣਨ ਦਾ ਵੀ ਕਿਉਂ ਐਂਟਰੀ ਦਊਗੀ? ਮੈਂ ਸੰਜੀਵ ਦੇਮ, ਸਟੇਟ ਵਾਈਸ ਪ੍ਰੈਜੀਡੈਂਟ ਸ਼ਿਵ ਸੈਨਾ ਹਿੰਦੁਸਤਾਨ ਤੋਂ। ਅੱਜ ਟਰਾਂਸਪੋਰਟ ਨਗਰ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਜੋ ਕਿ ਪਿਛਲੇ ਦਿਨੀ ਕੁਛ ਨਜਾਇਜ਼ ਉਰੇ ਟੂਰ ਬੈਰੀਅਰ ਲਾ ਦਿੱਤੇ ਗਏ ਸੀਗੇ। ਪਤਾ ਨਹੀਂ ਕਿੰਨਾ ਦੀ ਸ਼ਹਿਰ ਦੇ ਉੱਤੇ ਉਹ ਲਾਏ ਗਏ ਨੇ, ਕਿਉਂਕਿ ਇੱਕ ਟੂਰ ਬੈਰੀਅਰ ਲਾਉਣ ਲਈ ਬਹੁਤ ਹੀ ਪ੍ਰਸ਼ਾਸਨ ਤੋਂ ਮੰਗ ਕਰਨੀ ਪੈਂਦੀ ਆ, ਲੈਣਾ ਪਏ ਪਰਮਿਸ਼ਨ ਲੈਣੀਆਂ ਪੈਂਦਾ, ਪਰ ਬਿਨਾਂ ਪਰਮਿਸ਼ਨ ਤੋਂ ਲੁੱਟ ਘਸੁੱਟ ਦਾ ਕੰਮ ਉਰੇ ਚਲਾਇਆ ਜਾ ਰਿਹਾ ਸੀ। ਅਤੇ ਸਾਨੂੰ ਟਰਾਂਸਪੋਰਟ ਨਗਰ ਦੇ ਕੁਛ ਵਪਾਰੀਆਂ ਨੇ ਅਪਰੋਚ ਕੀਤੀ ਅਤੇ ਸਾਡੇ ਨਾਲ ਗੱਲ ਕੀਤੀ ਕਿ ਵੀ ਸਾਡੇ ਨਾਲ ਧੱਕਾ ਹੋ ਰਿਹਾ, ਅਤੇ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਟਰਾਂਸਪੋਰਟ ਨਗਰ ਦੇ ਵਪਾਰੀਆਂ ਦੇ ਹੱਕ ਵਿੱਚ ਖੜ੍ਹੇ ਹੋਏ ਹਾਂ। ਜੇ ਉਹਨਾਂ ਨਾਲ ਧੱਕਾ ਹੋ ਰਿਹਾ, ਜਾਂ ਟੂਲ ਬੈਰੀਅਰ ਬਿਨਾਂ ਮਨਜ਼ੂਰੀ ਤੋਂ ਲੱਗੇ ਨੇ, ਜਾਂ ਇਹਨਾਂ ਵਿੱਚ ਕੁਤਾਹੀ ਵਰਤੀ ਜਾ ਰਹੀ ਆ, ਤਾਂ ਸ਼ਿਵ ਸੈਨਾ ਹਿੰਦੁਸਤਾਨ ਟਰਾਂਸਪੋਰਟ ਨਗਰ ਦੇ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ। ਕਿਸੇ ਵੀ ਵਪਾਰੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਏਗਾ, ਚਾਹੇ ਉਹ ਜਿਹੜਾ ਮਰਜ਼ੀ ਕਰਦਾ ਹੋਵੇ। ਮੈਂ ਮਨੋਜ ਕੁਮਾਰ ਟਿੰਕੂ, ਲੁਧਿਆਣਾ ਫੁੱਲ ਲੋਡ ਟਰਾਂਸਪੋਰਟ ਐਸੋਸੀਏਸ਼ਨ ਦਾ ਪ੍ਰਧਾਨ। ਇਹ ਜੀ ਜਿਹੜਾ ਟੋਲ ਟੈਕਸ ਇਹਨਾਂ ਨੇ ਲਾਇਆ, ਇਹ ਸਾਡੇ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ। ਇਹ ਟੋਲ ਸਿਰਫ ਇਹ ਕਹਿੰਦੇ ਜੀ ਸੁਧਾਰ ਕਰਨਾ, ਸੁਧਾਰ ਟੋਲ ਲਾਉਣ ਨਾਲ ਤਾਂ ਸੁਧਾਰ ਹੋਊਗਾ ਨਹੀਂ। ਪਾਰਕਿੰਗਾਂ ਨੂੰ ਅਗਰ ਆਪਾਂ ਡਿਵੈਲਪਮੈਂਟ ਕਰੀਏ, ਪਾਰਕਿੰਗਾਂ ਦੇ ਵਿੱਚ ਆਪਾਂ ਪਰਚੀ ਲਾਈਏ, ਉਹ ਤਾਂ ਅਸੀਂ ਮੰਨ ਸਕਦੇ ਹਾਂ ਭਾਈ ਸੁਧਾਰ ਲਈ ਕੰਮ ਕੀਤਾ ਜਾ ਰਿਹਾ। ਇਹ ਤਾਂ ਸਿਰਫ ਇੱਕ ਐਂਟਰੀ ਟੈਕਸ ਇਹਨਾਂ ਨੇ ਲਾਤਾ, ਜਿਹੜਾ ਬੰਦਾ ਟਰਾਂਸਪੋਰਟ ਨਗਰ 'ਚ ਵੜੂਗਾ ਉਹ ਐਂਟਰੀ ਦੇ ਕੇ ਜਾਊਗਾ। ਇਹ ਸਿਰਫ ਇੱਕ ਗੁੰਡਾਗਰਦੀ ਇਹਨਾਂ ਦੀ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਤੇ ਡੀਸੀ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਇਹ ਹਰ ਤਰੀਕੇ ਨਾਲ ਬੰਦ ਹੋਣਾ ਚਾਹੀਦਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੌਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।